हाँ जी, बाइनरी इंस्ट्रक्टर दे यूट्यूब चैनल ते तुहाडा स्वागत है। अज 5 अगस्त नूं सैकंड शिफ्ट खत्म होकर हटी आ। आपां स्टूडेंट नाल गल करदे आ वी कॉन्स्टेबल दा पेपर किहो जिहा सी। ठीक सीगा पेपर जी, वधिया, मतलब लैवल दा सी, इन्ना ज़्यादा टफ भी नहीं सीगा। ठीक सीगा पेपर, मतलब कि जिन्ना कु होना चाहिए सीगा। ठीक है, मतलब कि जी एस किहो जिही आई सीगी? जी के सी करंट अफेयर हुंदे ने, उह ज़्यादा सीगे जी। मतलब कि करंट अफेयर केड़े पुछे गए सीगे, 2023 दे जां पुराने पुछे गए? नहीं, 2020 तो 2023 तक वाले, 2021-22 वाले इत्थे जी, पुराने नहीं पुछे गए। ਠੀਕ ਹੈ ਜੀ। ਆਪਾਂ ਗੱਲ ਕਰੀਏ ਪੋਲਿਟੀ ਦੀ ਜੀ, ਇਹਦੇ ਵਿੱਚ ਪੋਲਿਟੀ ਦੇ ਕਿਹੋ ਜਿਹੇ ਸਵਾਲ ਪੁੱਛੇ ਗਏ ਸੀ? ਪੋਲਿਟੀ ਬਾਰੇ ਤਾਂ ਜੀ ਕੋਈ ਖਾਸ ਨਹੀਂ ਸੀ, ਇੱਕ ਅੱਧਾ ਕੁਐਸਚਨ ਹੀ ਸੀ ਜੀ ਪੋਲਿਟੀ। ਅੱਛਾ, ਕੋਈ ਜੀਓਗ੍ਰਾਫੀ ਦਾ ਕੁਐਸਚਨ ਜਾਂ ਹਿਸਟਰੀ ਦੇ ਕੁਐਸਚਨ? ਨਹੀਂ ਨਹੀਂ ਜੀ, ਇਹਨਾਂ ਬਾਰੇ ਨਹੀਂ ਸੀ, ਬਸ ਆਹੀ ਜਿਹੜੇ ਸੀਗੇ ਮੇਨ ਤਾਂ ਆਹੀ ਸੀ, ਮੈਥ ਵਗੈਰਾ ਕੁਐਸਚਨ ਸੀ, ਹੋਰ ਤਾਂ ਇਹਨਾਂ ਖਾਸ। ਠੀਕ ਹੈ ਜੀ, ਆਪਾਂ ਕੁਆਂਟ ਦੀ ਗੱਲ ਕਰੀਏ ਤਾਂ ਮੈਂ ਕੁਆਂਟ ਦੇ ਕਿਹੋ ਜਿਹੇ ਸਵਾਲ ਸੀਗੇ? ਲੈਵਲ ਦੇ ਇੰਨੇ ਜ਼ਿਆਦਾ ਟਫ ਨਹੀਂ ਸੀਗੇ ਜੀ, ਮਤਲਬ ਕਿ ਠੀਕ ਠਾਕ ਸੀਗੇ, ਨਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਜ਼ਿਆਦਾ ਟਫ ਪੇਪਰ ਸੀਗਾ, ਜਿਹਨੇ ਪੜ੍ਹਿਆ ਹੋਊਗਾ ਉਹਦੇ ਲਈ ਸਿੰਪਲ ਹੀ ਸੀਗਾ। ਰੀਜਨਿੰਗ ਕੋਈ ਟਾਈਮ ਕੰਜ਼ਿਊਮਿੰਗ ਤਾਂ ਨਹੀਂ ਸੀਗੀ? ਮਤਲਬ ਕਿ ਰੀਜਨਿੰਗ ਦੇ ਕਿਹੋ ਜਿਹੇ ਸਵਾਲ ਸੀਗੇ? ਰੀਜਨਿੰਗ ਬਸ ਸਿੰਪਲ ਹੀ ਸੀ ਰੀਜਨਿੰਗ ਤਾਂ ਜੀ। ਠੀਕ ਹੈ। ਹਾਂਜੀ, ਇੰਗਲਿਸ਼ ਕਿਹੋ ਜਿਹੀ ਸੀ? ਇੰਗਲਿਸ਼ ਦਾ ਪੈਰੇ 'ਚ ਹੀ ਲੱਭਣੇ ਹੁੰਦੇ ਆ ਜੀ, ਉਹ ਤਾਂ ਜੀ ਕੋਈ ਵੀ ਕਰ ਦਿੰਦਾ। ਠੀਕ ਹੈ। ਪੰਜਾਬੀ? ਪੰਜਾਬੀ ਵੀ ਪੈਰੇ 'ਚ ਹੀ ਲੱਭਣੇ ਹੁੰਦੇ, ਉਹ ਵੀ ਕੋਈ। ਕੰਪਿਊਟਰ ਕਿਹੋ ਜਿਹਾ ਸੀਗਾ? ਕੰਪਿਊਟਰ ਦਾ ਹੀ ਟਫ ਹੁੰਦਾ ਜੀ, ਉਹ ਤਾਂ 5 ਕੁਐਸਚਨ ਹੀ ਸੀ, ਪਰ ਉਹ ਤਾਂ ਹੁੰਦਾ, ਉਹ ਤਾਂ ਕੋਈ ਵੀ ਨਹੀਂ ਸੀ ਆਉਂਦਾ। ਤੁਸੀਂ ਕੁੱਲ ਮਿਲਾ ਕੇ ਕੀ ਕਹਿ ਸਕਦੇ ਪੇਪਰ ਕਿਹੋ ਜਿਹਾ ਸੀ? ਪੇਪਰ ਠੀਕ ਸੀਗਾ ਜੀ। ਠੀਕ ਹੈ, ਸ਼ੁਕਰੀਆ ਤੁਹਾਡਾ, ਆਲ ਦੀ ਵੈਰੀ ਬੈਸਟ। ਹਾਂਜੀ ਮੈਮ, ਪੇਪਰ ਦੇ ਕੇ ਆਏ ਹੋ, ਕਿਹੋ ਜਿਹਾ ਸੀਗਾ ਪੇਪਰ ਦਾ? ਪੇਪਰ ਵਧੀਆ ਸੀਗਾ, ਵੈਸੇ ਮਤਲਬ ਪਿਛਲੇ ਵਾਰੀ ਦਿੱਤਾ ਸੀ ਉਹਦੇ ਨਾਲ ਠੀਕ ਲੱਗਾ ਥੋੜ੍ਹਾ ਜਿਹਾ, ਜਿਹੜਾ ਸੌਖਾ ਲੱਗਿਆ ਤੁਹਾਨੂੰ? ਥੋੜ੍ਹਾ ਸੌਖਾ ਲੱਗਿਆ ਜੇ ਆਪਾਂ ਗੱਲ ਕਰਦੇ ਹਾਂ ਪਾਰਟੀਕੁਲਰ ਜੀ ਕੇ ਜਾਂ ਹੈ ਨਾ ਜੀ ਐਸ ਦੀ, ਤਾਂ ਜੀ ਐਸ ਕਿਹੋ ਜਿਹਾ ਲੈਵਲ ਸੀਗਾ? ਠੀਕ ਸੀਗਾ ਲੈਵਲ, ਮਤਲਬ ਕੁਛ ਕਹਿ ਨਹੀਂ ਸਕਦੇ, ਵਧੀਆ ਸੀਗਾ। ਅੱਛਾ, ਕਰੰਟ ਆਪਣਾ ਆਪਣਾ ਹੈ ਨਾ? ਨਹੀਂ, ਤੁਹਾਡੇ ਹਿਸਾਬ ਨਾਲ ਕਰੰਟ ਅਫੇਅਰ ਕਿਹੋ ਜਿਹਾ ਸੀਗਾ? ਕਰੰਟ ਅਫੇਅਰ ਥੋੜ੍ਹਾ ਜਿਹਾ ਡਿਫਿਕਲਟ ਸੀਗਾ, ਥੋੜ੍ਹਾ ਜਿਹਾ ਸੀ, ਮਤਲਬ ਬਹੁਤਾ ਨਹੀਂ। 2023 ਦਾ ਪੁੱਛਿਆ ਗਿਆ ਕੋਈ ਕਰੰਟ ਅਫੇਅਰ ਜਾਂ ਪੁਰਾਣੇ ਸੀਗੇ? ਹਾਂਜੀ, 2021-22 ਦਾ ਵੀ ਸੀਗਾ। 21-22 ਦਾ ਵੀ ਸੀਗਾ। ਗੌਰਮੈਂਟ ਸਕੀਮਸ ਨੂੰ ਲੈ ਕੇ ਪਿਛਲੀ ਸ਼ਿਫਟ ਦੇ ਵਿੱਚ ਕੁਐਸਚਨ ਆਇਆ ਸੀ, ਇਸ 'ਚ ਕੋਈ ਹੋਵੇ ਇੱਦਾਂ ਦਾ? ਸਪੋਰਟਸ ਦਾ ਕਰੰਟ ਪੁੱਛਿਆ ਗਿਆ ਸੀਗਾ ਪਿਛਲੀ ਸ਼ਿਫਟ ਦੇ ਵਿੱਚ? ਹਾਂ, ਸਪੋਰਟਸ ਦਾ ਸੀਗਾ ਵੀ ਮਤਲਬ ਕਿਹੜੀ ਖੇਡ ਨੂੰ ਉਹ ਕੀਤਾ ਗਿਆ ਮੰਤਰਾਲੇ ਵੱਲੋਂ ਨਾ ਨੈਸ਼ਨਲ ਲੈਵਲ 'ਤੇ? ਅੱਛਾ ਜੀ, ਹਾਂਜੀ। ਅਤੇ ਕੋਈ ਹੋਰ ਜੇ ਆਪਾਂ ਗੱਲ ਕਰਦੇ ਹਾਂ ਪੋਲਿਟੀ ਦੀ, ਤਾਂ ਪੋਲਿਟੀ ਦਾ ਕੁਐਸਚਨ ਕੋਈ? ਪੋਲਿਟੀ ਦਾ ਕੋਈ ਕੁਐਸਚਨ ਸ਼ਾਇਦ ਹੋਊਗਾ ਇੱਕ ਅੱਧਾ, ਹੁਣ ਕਾਫੀ ਮਿਕਸ ਹੋ ਗਏ ਹਿਸਟਰੀ ਦਾ। ਹਿਸਟਰੀ ਦਾ ਕੁਐਸਚਨ, ਹਾਂਜੀ, ਆਪਣੇ ਮਹਾਰਾਜਾ ਰਣਜੀਤ ਸਿੰਘ ਬਾਰੇ ਸੀਗਾ। ਅੱਛਾ, ਮਹਾਰਾਜਾ ਰਣਜੀਤ ਸਿੰਘ ਦਾ ਨਾਮ ਕੀ ਸੀ ਪਹਿਲਾਂ? ਪਿਛਲੀ ਸ਼ਿਫਟ ਦੇ ਵਿੱਚ ਪੰਜਾਬ ਵਾਲੇ ਪੋਰਸ਼ਨ 'ਚੋਂ ਬਹੁਤ ਹੈ ਨਾ ਘੱਟ ਕੁਐਸਚਨ ਆਏ ਨੇ ਜਿਹੜੀ ਸਵੇਰੇ ਸ਼ਿਫਟ ਹੋਈ ਆ, ਇਸ ਦੇ ਵਿੱਚ ਸਿੱਖ ਹਿਸਟਰੀ ਨੂੰ ਲੈ ਕੇ ਕੋਈ ਕੁਐਸਚਨ ਹੋਵੇ, ਐਂਗਲੋ ਸਿੱਖ ਵਾਰ ਦੇ ਕੋਈ ਕੁਐਸਚਨ ਹੋਵੇ, ਉਹਦਾ ਕੋਈ ਕੁਐਸਚਨ, ਸਿੱਖ ਗੁਰੂਆਂ ਬਾਰੇ ਕੋਈ ਕੁਐਸਚਨ ਹੋਵੇ, ਸਿੱਖ ਗੁਰੂ ਬਾਰੇ ਵੀ ਕੋਈ ਕੁਐਸਚਨ ਨਹੀਂ ਸੀ, ਬਸ ਮਹਾਰਾਜਾ ਰਣਜੀਤ ਸਿੰਘ ਬਾਰੇ ਕੁਐਸਚਨ ਸੀ। ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਕੁਆਂਟ ਦੀ, ਤਾਂ ਕੁਆਂਟ ਕਿਹੋ ਜਿਹਾ ਸੀਗਾ? ਠੀਕ ਸੀਗਾ, ਵਧੀਆ ਸੀ। ਅੱਛਾ, ਕੋਈ ਵਧੀਆ ਸੀ, ਮਨ ਕੇ ਠੀਕ ਠੀਕ ਸੀਗਾ? ਹਾਂਜੀ ਹਾਂਜੀ। ਕੋਈ ਹੋ ਰਿਹਾ ਸੀ ਸੋਲਵ ਜਾਂ ਕੋਈ ਟਾਈਮ ਲੱਗ ਰਿਹਾ ਸੀਗਾ? ਨਹੀਂ, ਹੋ ਰਿਹਾ ਸੀ ਸੋਲਵ, ਵੈਸੇ ਮਤਲਬ ਜਿਵੇਂ ਹੁਣ ਟਾਈਮ ਦੀ ਥੋੜ੍ਹੀ ਜਿਹੀ ਕਮੀ ਸੀ ਨਾ, ਜਿਵੇਂ ਪੰਜਾਬੀ ਦੇ ਵਿੱਚ ਟਾਈਮ ਜ਼ਿਆਦਾ ਦਿੱਤਾ ਹੋਇਆ ਸੀ, ਉਹ ਤੋਂ ਪਹਿਲਾਂ ਵਾਲੇ 'ਚ ਥੋੜ੍ਹਾ ਜਿਹਾ ਘੱਟ ਸੀਗਾ, ਉਹਦੇ ਵਿੱਚ ਇੱਕ ਦੋ ਕੁਐਸਚਨ ਮਿਸ ਹੋ ਗਏ ਥੋੜ੍ਹੇ ਜਿਹੇ। ਅੱਛਾ, ਜੇ ਆਪਾਂ ਰੀਜਨਿੰਗ ਦੀ ਗੱਲ ਕਰਦੇ ਹਾਂ ਤਾਂ ਰੀਜਨਿੰਗ ਦੇ ਵਿੱਚੋਂ ਕਿਹੜੇ ਟੋਪਿਕ 'ਚੋਂ ਜ਼ਿਆਦਾ ਸਵਾਲ ਆਏ, ਜਿਵੇਂ ਪਿਛਲੇ ਸ਼ਿਫਟ ਦੇ ਵਿੱਚ? ਉਹ ਜਿਹੜੇ ਆਉਂਦੇ ਹੁੰਦੇ ਆ, ਮਤਲਬ ਬੀ ਕਿਊ ਜੈਡ ਇੱਦਾਂ ਲਿਖ, ਬਲੱਡ ਰਿਲੇਸ਼ਨ ਜਾਂ ਸਿਟਿੰਗ ਅਰੇਂਜਮੈਂਟ? ਸਿਟਿੰਗ ਅਰੇਂਜਮੈਂਟ ਦਾ ਸੀ। ਅੱਛਾ, ਬਲੱਡ ਰਿਲੇਸ਼ਨ ਦੇ ਵਿੱਚੋਂ? ਉਹਦੇ ਵਿੱਚੋਂ ਵੀ ਸੀ, ਇੱਕ ਦਿੱਕ ਦਾ ਕੁਐਸਚਨ। ਕੋਡਿੰਗ ਡਿਕੋਡਿੰਗ ਦਾ ਕੋਈ ਕੁਐਸਚਨ ਆਇਆ ਹੋਵੇ? ਨਹੀਂ, ਕੋਡਿੰਗ, ਹਾਂ, ਕੋਡਿੰਗ ਡਿਕੋਡਿੰਗ ਦਾ ਵੀ ਸੀ। ਅੱਛਾ, ਇੰਗਲਿਸ਼ ਕਿਹੋ ਜਿਹੀ ਸੀ? ਇੰਗਲਿਸ਼ ਵਧੀਆ ਸੀ। ਅੱਛਾ, ਪੰਜਾਬੀ? ਪੰਜਾਬੀ ਦਾ ਸਿਰਾ ਹੀ ਸੀ। ਅੱਛਾ, ਸੌਖੀ ਸੀ ਬਿਲਕੁਲ? ਬਿਲਕੁਲ ਬਿਲਕੁਲ। ਕੰਪਿਊਟਰ ਦੀ ਜੇ ਆਪਾਂ ਗੱਲ ਕਰਦੇ ਹਾਂ ਪਾਰਟੀਕੁਲਰ, ਕੰਪਿਊਟਰ ਦੇ ਵੀ ਸੀ ਕੁਐਸਚਨ, 5-6 ਕੁਐਸਚਨ ਕੰਪਿਊਟਰ ਦੇ ਵੀ ਸੀ। ਹਾਂਜੀ, ਅਤੇ ਉਹ ਕਿਹੋ ਜਿਹੇ ਸੀ, ਫੁੱਲ ਫਾਰਮ ਬੇਸ ਸੀ ਜਾਂ? ਫੁੱਲ ਫਾਰਮ ਨਹੀਂ, ਜਿੱਦਾਂ ਫੁੱਲ ਫਾਰਮ ਦਾ ਤਾਂ ਨਹੀਂ ਸੀ ਕੋਈ ਵੀ, ਸ਼ਾਰਟਕਟ ਕੀਜ਼? ਹਾਂਜੀ, ਸ਼ਾਰਟਕਟ ਕੀ ਸੀ। ਅੱਛਾ, ਕੋਈ ਸੋਸ਼ਲ ਮੀਡੀਆ ਨੂੰ ਲੈ ਕੇ ਜਾਂ ਈਮੇਲ ਨੂੰ ਲੈ ਕੇ ਕੁਐਸਚਨ ਹੋਵੇ? ਮੀਡੀਆ ਨਹੀਂ, ਸ਼ਾਰਟਕਟ ਕੀ ਦਾ ਸੀ, ਇੱਕ ਦੋ ਹੋਰ ਕੁਐਸਚਨ ਸੀਗੇ। ਠੀਕ ਹੈ, ਅਤੇ ਜਿਹੜਾ ਪੰਜਾਬੀ ਦਾ ਪੇਪਰ ਸੀ ਉਹ ਤੁਸੀਂ ਦੱਸ ਹੀ ਦਿੱਤਾ, ਉਹ ਕਿਹੋ ਜਿਹਾ ਸੀਗਾ? ਪੰਜਾਬੀ ਦਾ ਪੇਪਰ ਪੰਜਾਬੀਆਂ ਲਈ ਸਿਰਾ ਹੀ ਹੁੰਦਾ ਹਮੇਸ਼ਾ ਹੀ। ਠੀਕ ਹੈ ਜੀ, ਆਲ ਦੀ ਵੈਰੀ ਬੈਸਟ ਫਾਰ ਨੈਕਸਟ ਐਗਜ਼ਾਮ। ਹਾਂਜੀ ਵੀਰੇ, ਤੁਸੀਂ ਪੇਪਰ ਦੇ ਕੇ ਆਏ ਹੋ, ਕਿਹੋ ਜਿਹਾ ਰਿਹਾ? ਸਰ, ਪੇਪਰ ਬਹੁਤ ਵਧੀਆ ਰਿਹਾ ਆਪਣਾ, ਯਾਨੀ ਕਿ ਵਧੀਆ ਸੀ ਕੁੱਲ ਮਿਲਾ ਕੇ। ਠੀਕ ਹੈ ਜੀ। ਹਾਂਜੀ, ਤੁਹਾਡੇ ਹਿਸਾਬ ਨਾਲ ਪੇਪਰ ਦਾ ਲੈਵਲ ਕਿਹੋ ਜਿਹਾ ਸੀਗਾ? ਲੈਵਲ ਯਾਨੀ ਕਿ ਠੀਕ ਸੀ ਜੀ, ਨਾ ਜ਼ਿਆਦਾ ਅਪ ਸੀ ਨਾ ਜ਼ਿਆਦਾ ਡਾਊਨ ਸੀ। ਠੀਕ ਹੈ ਜੀ, ਲੈਵਲ ਠੀਕ ਸੀ ਕੁੱਲ ਮਿਲਾ ਕੇ। ਠੀਕ ਹੈ। ਜੀ ਐਸ ਦੀ ਜੇ ਆਪਾਂ ਗੱਲ ਕਰਦੇ ਹਾਂ ਪਾਰਟੀਕੁਲਰ, ਜੀ ਐਸ ਦੇ ਵਿੱਚੋਂ ਕਾਹਦੇ 'ਚ ਕੁਐਸਚਨ ਆ ਰਹੇ ਨੇਗੇ? ਸਰ, ਯਾਨੀ ਕਿ ਕਰੰਟ ਅਫੇਅਰ ਵਗੈਰਾ ਆ ਰਹੇ ਨੇ ਸਾਰੇ। ਅੱਛਾ ਜੀ, 2021-22 ਦੇ? 21-22 ਦੇ ਹੀ ਕਰੰਟ ਅਫੇਅਰ ਪੁੱਛੇ ਜਾ ਰਹੇ ਨੇ, ਕੋਈ 2023 ਦਾ ਕੁਐਸਚਨ ਨਹੀਂ ਹੈਗਾ? ਸਰ, ਇੱਕ ਦੋ ਹੈਗਾ ਸੀ 2023 ਦਾ, ਦੇ 2023 ਦਾ ਵੀ ਕਰੰਟ ਅਫੇਅਰ ਸੀ। ਜੇ ਆਪਾਂ ਪਾਰਟੀਕੁਲਰ ਗੱਲ ਕਰਦੇ ਹਾਂ ਪੋਲਿਟੀ ਦੀ, ਪੋਲਿਟੀ ਦੇ ਕਿਹੋ ਜਿਹੇ ਸਵਾਲ ਆਏ? ਸਰ, ਪੋਲਿਟੀ ਦਾ ਮੰਨ ਲਓ ਜਿਵੇਂ ਸੰਸਦ ਵਗੈਰਾ ਹੋ ਗਈ ਆਪਣੀ, ਪਾਰਲੀਮੈਂਟ, ਇਹਦੇ ਵਿੱਚੋਂ ਆ ਰਹੇ ਨੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਸੀਗਾ। ਹਿਸਟਰੀ ਦੀ ਜੇ ਆਪਾਂ ਗੱਲ ਕਰਦੇ ਹਾਂ ਪਾਰਟੀਕੁਲਰ, ਹਿਸਟਰੀ ਕਿਹੋ ਜਿਹੀ ਸੀਗੀ?
ਪ੍ਰੋਫਿਟ ਐਂਡ ਲਾਸ ਪ੍ਰੋਫਿਟ ਲਾਸ ਦੇ ਹੈਗੇ ਸੀ ਡੀਆਈ ਦਾ ਸਵਾਲ ਹੈ ਸੀ ਕੋਈ ਸ਼ਿਫਟ ਦੇ ਵਿੱਚ ਪਿਛਲੀ ਸ਼ਿਫਟ ਦੇ ਵਿੱਚ ਆਇਆ ਨਹੀਂ ਹੈਗਾ ਕਿਉਂਕਿ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਪਰ ਇਹਦੇ ਵਿੱਚ ਡੀਆਈ ਵਗੈਰਾ ਵੀ ਨਹੀਂ ਐਵੇਂ ਤਾਂ ਕੁਛ ਮਿਲਿਆ ਠੀਕ ਹੈ ਸਿੰਪਲ ਇੰਟਰਸਟ ਕੰਪਾਊਂਡ ਸਿੰਪਲ ਇੰਟਰਸਟ ਵੀ ਨਹੀਂ ਸੀ ਹੈਗਾ ਜੀ ਕੰਪਾਊਂਡ ਵੀ ਨਹੀਂ ਸੀ ਹੈਗਾ ਠੀਕ ਹੈ ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਰੀਜਨਿੰਗ ਦੀ ਰੀਜਨਿੰਗ ਕੀ ਹੋਈ ਰੀਜਨਿੰਗ ਠੀਕ ਸੀ ਕੋਡਿੰਗ ਔਰ ਡੀਕੋਡਿੰਗ ਵਗੈਰਾ ਇਹ ਜਾਂ ਐਰਨ ਬਲੱਡ ਰਿਲੇਸ਼ਨ ਹੋ ਗਏ ਠੀਕ ਹੈ ਜੀ ਮਤਲਬ ਕਿ ਹੋ ਰਹੇ ਸੀ ਸੋਲਵ ਜਾਂ ਟਾਈਮ ਕੰਜ਼ਿਊਮਿੰਗ ਹੋ ਰਹੇ ਸੀ ਹੋ ਰਹੇ ਸੀ ਹਾਂਜੀ ਇੰਗਲਿਸ਼ ਕਿਹੋ ਜਿਹੀ ਲੱਗੀ ਇੰਗਲਿਸ਼ ਠੀਕ ਸੀ ਜੀ ਠੀਕ ਹੈ ਜੀ ਯਾਨੀ ਕਿ ਨਾ ਜ਼ਿਆਦਾ ਹਾਈ ਸੀ ਨਾ ਠੀਕ ਸੀ ਕੁਝ ਮਿਲਾ ਕੇ ਠੀਕ ਹੈ ਹਾਂਜੀ ਵੀਰੇ ਤੁਹਾਨੂੰ ਕਿਹੋ ਜਿਹਾ ਲੱਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਕਿਹੋ ਜਿਹਾ ਲੱਗਿਆ ਤੁਹਾਨੂੰ ਪੇਪਰ ਮਤਲਬ ਕਿ ਪੇਪਰ ਵਧੀਆ ਲੱਗਿਆ ਜੀ ਠੀਕ ਹੈ ਜੀ ਹਾਂਜੀ ਮਤਲਬ ਕਿਹੋ ਜਿਹਾ ਲੈਵਲ ਸੀ ਪੇਪਰ ਦਾ ਲੈਵਲ ਵਧੀਆ ਸੀ ਜੀ ਠੀਕ ਹੈ ਹਾਂਜੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ 75 ਪਲੱਸ 75 ਤੱਕ ਤਾਂ ਹੈ ਗਿਆ ਜੀ ਪੇਪਰ ਹਾਂਜੀ ਠੀਕ ਹੈ ਮਤਲਬ ਮੈਰਿਟ ਜਾਣ ਦੀ ਸੰਭਾਵਨਾ ਮੇਰੇ ਹਿਸਾਬ ਨਾਲ ਹਾਂਜੀ ਠੀਕ ਹੈ ਜੀ ਮਤਲਬ ਕਿ 75 ਵਾਲੀ ਹੈਗੀ ਆ ਹਾਂਜੀ ਜੇ ਆਪਾਂ ਗੱਲ ਕਰੀਏ ਜੀ ਇਸ ਤੋਂ ਥੱਲੇ ਤਾਂ ਇੱਕ ਪੋਸੀਬਿਲਟੀ ਮੈਨੂੰ ਲੱਗਦੀ ਨਹੀਂ ਜੀ ਅੱਛਾ ਪੇਪਰ ਸੌਖਾ ਸੀ ਇਹਦਾ ਮਤਲਬ ਨਹੀਂ ਸੌਖਾ ਤਾਂ ਨਹੀਂ 75 ਥੋੜੇ ਨਹੀਂ ਹੁੰਦੇ ਸਰ ਬਹੁਤ ਨੇ 75 ਮਤਲਬ ਕਿ ਮੋਡਰੇਟ ਲੈਵਲ ਕਹਿੰਦੇ ਹਾਂਜੀ 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 ਗੱਲ ਕਰੀਏ ਆਪਾਂ ਕਿਉਂਕਿ ਉਸ ਤੋਂ ਬਾਅਦ ਫਿਜ਼ੀਕਲ ਵੀ ਹੋਣਾ ਨਾ ਜੀ ਕੁਝ ਬੱਚੇ ਫਿਜ਼ੀਕਲ ਦੇ ਵਿੱਚ ਚੜ ਜਾਂਦੇ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਦੱਸੋ ਫਿਰ ਜੀਐਸ ਤੇ ਕਿਹੋ ਜਿਹਾ ਸਵਾਲ ਸੀ ਜੀਐਸ ਤੇ ਸਰ ਤਕਰੀਬਨ ਉਹੀ ਕਰੰਟ ਫੇਅਰ ਜੋ ਬੱਚੇ ਕਹਿ ਦਿੰਦੇ ਨੇ ਸਾਰੇ ਜੀ ਕਰੰਟ ਫੇਅਰ ਜ਼ਿਆਦਾ ਸੀ 2019 20 ਦੀ ਹੈਗੀ ਸੀ ਕੋਈ ਕੀ ਪੁੱਛਿਆ ਗਿਆ ਸੀ 19 20 ਦੇ 21 ਦੇ ਵਿੱਚੋਂ ਹੁਣ ਦੇਖੋ ਜੀ ਕੁਐਸਚਨ ਸਾਰੇ ਤਾਂ ਨਹੀਂ ਮੈਨੂੰ ਯਾਦ ਆ ਇੱਕ ਦੋ ਕੁਐਸਚਨ ਜਿਵੇਂ ਇੱਕ ਉਹ ਪੁੱਛਿਆ ਗਿਆ ਸੀ ਕ੍ਰਿਕਟ ਦਾ ਸਵਾਲ ਪੁੱਛਿਆ ਗਿਆ ਸੀ ਵੀ ਗਾਬਾ ਦੇ ਵਿੱਚ ਫੋਰਥ ਜੋ ਕ੍ਰਿਕਟ ਮੈਚ ਹੋਇਆ ਜੀ ਉਹਨੂੰ ਮੈਨ ਆਫ ਦੀ ਮੈਚ ਕਿਹਨੂੰ ਮਿਲਿਆ ਠੀਕ ਹੈ ਜੀ ਹਾਂਜੀ ਅਤੇ ਉਹਦੇ ਬਾਕੀ ਹੋਰ ਬਾਕੀ ਮੈਨੂੰ ਧਿਆਨ ਨਹੀਂ ਹੈਗਾ ਜੀ ਉਹ ਭੁੱਲ ਜਾਂਦੇ ਆ ਜਦੋਂ ਆਪਾਂ ਪੇਪਰ ਨਿਕਲਦੇ ਹੌਟਸਪੌਟ ਹੋਇਆ ਹੁੰਦਾ ਸਾਰਾ ਹੀ ਜੇ ਆਪਾਂ ਗੱਲ ਕਰੀਏ ਪੋਲਿਟੀ ਦਾ ਕੋਈ ਸਵਾਲ ਪੋਲਿਟੀ ਦੇ ਤੁਹਾਨੂੰ ਪੋਲਿਟੀ ਦਾ ਆਇਆ ਸੀਗਾ ਜੀ ਇੱਕ ਦੋ ਸਵਾਲ ਆਇਆ ਸੀ ਜਿਵੇਂ ਕੁਐਸਚਨ ਆਇਆ ਸੀ ਉਹਦਾ ਪੋਲਿਟੀ ਦਾ ਵੀ 243 ਬੀ ਸੈਕਸ਼ਨ ਕਿਹੜੇ ਮਤਲਬ ਪਾਰਟ ਦੇ ਅੰਡਰ ਆਉਂਦਾ ਜੀ ਠੀਕ ਹੈ ਜੀ ਸ਼ਾਇਦ ਪਾਰਟ ਨਹੀਂ ਸ਼ਾਇਦ ਉਹ ਆਇਆ ਸੀ ਅਨੁਛੇਦ 11ਵਾਂ ਸ਼ਡਿਊਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੋਰ ਕੋਈ ਹਿਸਟਰੀ ਦਾ ਕੋਈ ਸਵਾਲ ਯਾਦ ਹੋਵੇ ਹਿਸਟਰੀ ਦਾ ਤੁੱਕਾ ਮਤਲਬ ਕਿ ਮਾਡਰਨ ਹਿਸਟਰੀ ਆ ਰਹੀ ਹੈ ਮਾਡਰਨ ਹਿਸਟਰੀ ਮਤਲਬ ਪੰਜਾਬ ਹਿਸਟਰੀ 'ਚੋਂ ਹੀ ਕੁਐਸਚਨ ਦੇਖੇ ਸੀ ਅਤੇ ਹੁਣ ਜੀ ਮੈਨੂੰ ਕੁਐਸਚਨ ਦਾ ਥੋੜ੍ਹਾ ਜਿਹਾ ਯਾਦ ਨਹੀਂ ਪਰ ਪੰਜਾਬ ਹਿਸਟਰੀ 'ਚੋਂ ਪੰਜਾਬ ਹਿਸਟਰੀ 'ਚੋਂ ਆਏ ਨੇ ਪਿਛਲੀ ਸ਼ਿਫਟ ਦੇ ਵਿੱਚ ਨਾ ਪੰਜਾਬ ਹਿਸਟਰੀ ਨੂੰ ਲੈ ਕੇ ਸਟੂਡੈਂਟਸ ਕਹਿ ਰਹੇ ਸੀ ਪੰਜਾਬ ਹਿਸਟਰੀ 'ਚੋਂ ਬਹੁਤ ਘੱਟ ਕੁਐਸਚਨ ਪੁੱਛੇ ਗਏ ਨੇ ਵੀ ਆ ਨਹੀਂ ਹੁਣ ਵੀ ਕੋਈ ਬਹੁਤ ਜ਼ਿਆਦਾ ਤਾਂ ਨਹੀਂ ਪੁੱਛੇ ਗਏ ਜੀ ਬਟ ਠੀਕ ਹੈਗੇ ਸੀ ਇੱਕ ਦੋ ਕੁਐਸਚਨ ਹਾਂਜੀ ਹੁਣ ਤਾਂ ਮੈਨੂੰ ਯਾਦ ਸੀ ਜਦੋਂ ਪਿੱਛੇ ਮੈਂ ਖੜਾ ਸੀ ਕੈਮਰੇ ਦੇ ਬੈਕ ਸਾਈਡ ਹੁਣ ਮੇਰੇ ਦਿਮਾਗ 'ਚੋਂ ਨਿਕਲ ਗਏ ਠੀਕ ਹੈ ਜੇ ਗੱਲ ਕਰੀਏ ਆਪਾਂ ਕੁਆਂਟ ਦੀ ਤਾਂ ਕੁਆਂਟ ਕਿਹੋ ਜਿਹਾ ਸੀਗਾ ਕੁਆਂਟ ਵਧੀਆ ਸੀਗਾ ਜੀ ਮਤਲਬ ਲੈਵਲ ਠੀਕ ਸੀ ਆਪਾਂ ਮਾੜਾ ਨਹੀਂ ਕਹਿ ਸਕਦੇ ਮਤਲਬ ਕਿ ਸੋਲਵ ਹੋ ਰਹੇ ਸੀਗੇ ਹਾਂ ਸੋਲਵ ਹੋ ਰਹੇ ਸੀਗੇ ਠੀਕ ਹੈ ਟਾਈਮ ਕਿੰਨਾ ਕੁ ਲੱਗ ਰਿਹਾ ਸੀ ਕਿ ਮਤਲਬ ਕਿ ਟਾਈਮ ਕੁਆਂਟ ਤੇ ਤਾਂ ਦੇਖੋ ਮੇਰਾ ਤਾਂ ਲੱਗਦਾ ਜੀ ਬਾਕੀ ਬੰਦੇ ਦਾ ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਹੈ ਮੈਂ ਥੋੜ੍ਹਾ ਜ਼ਿਆਦਾ ਲੈ ਲੈਂਦਾ ਹਾਂਜੀ ਠੀਕ ਹੈ ਰੀਜਨਿੰਗ ਕਿਹੋ ਜਿਹੀ ਸੀਗੀ ਰੀਜਨਿੰਗ ਦਾ ਮਤਲਬ ਲੈਵਲ ਕੁਆਂਟ ਨਾਲ ਮੈਨੂੰ ਸੌਖਾ ਲੱਗਿਆ ਜੀ ਠੀਕ ਹੈ ਜੀ ਹਾਂਜੀ ਅਤੇ ਇੱਕ ਦੋ ਕੁਐਸਚਨ ਹੁੰਦੇ ਨੇ ਜਿਵੇਂ ਸੀਟਿੰਗ ਅਰੇਂਜਮੈਂਟ ਦੇ ਕੁਐਸਚਨ ਜਿਹੜਾ ਮੈਨੂੰ ਟਫ ਲੱਗਿਆ ਥੋੜ੍ਹਾ ਜ਼ਿਆਦਾ ਠੀਕ ਹੈ ਜੀ ਕੋਈ ਪਜ਼ਲ ਪਜ਼ਲ ਹਾਂ ਪਜ਼ਲੀ ਸੀ ਉਹ ਸੀਟਿੰਗ ਅਰੇਂਜਮੈਂਟ ਅੱਛਾ ਜੀ ਹਾਂਜੀ ਤੇ ਬਲੱਡ ਰਿਲੇਸ਼ਨ ਦੇ ਵਿੱਚੋਂ ਸਵਾਲ ਬਲੱਡ ਰਿਲੇਸ਼ਨ ਦੇ ਇੱਕ ਦੋ ਸਵਾਲ ਦੇਖਿਆ ਗਿਆ ਜੀ ਕੋਡਿੰਗ ਡਿਕੋਡਿੰਗ ਕੋਈ ਕੋਡਿੰਗ ਡਿਕੋਡਿੰਗ ਵੀ ਹੈਗੀ ਸੀ ਕੁਆਂਟ ਦੇ ਵਿੱਚੋਂ ਸਿੰਪਲੀਫਿਕੇਸ਼ਨ 'ਚੋਂ ਕਿੰਨੇ ਕੁ ਸਵਾਲ ਸੀਗੇ ਹਾਂ ਇਹ ਸਵਾਲ ਬਹੁਤ ਸੀ ਜੀ ਮਤਲਬ ਸਿੰਪਲੀਫਿਕੇਸ਼ਨ ਉਹ ਦੋ ਤਿੰਨ ਸਵਾਲ ਤਾਂ ਦੇਖੇ ਗਏ ਆ ਜਿਹੜੇ ਆਪਣੇ ਛੋਟੇ ਛੋਟੇ ਜਿਹੇ ਜਿਵੇਂ ਆਪਾਂ ਕਹਿੰਦੇ ਹਾਂ ਜੀ ਡੈਸੀਮਲ ਐਂਡ ਫਰੈਕਸ਼ਨ ਇਹ 'ਚ ਸਵਾਲ ਦੇਖੇ ਗਏ ਠੀਕ ਹੈ ਜੀ ਹਾਂਜੀ ਅਤੇ ਜ਼ਿਆਦਾ ਸਵਾਲ ਦੇਖੇ ਗਏ ਜਿਵੇਂ ਆਪਣੇ ਪ੍ਰੋਫਿਟ ਐਂਡ ਲੋਸ 'ਚੋਂ ਦੇਖੇ ਗਏ ਠੀਕ ਹੈ ਜੀ ਕੋਈ ਕੰਪਾਊਂਡ ਇੰਟਰਸਟ ਨਹੀਂ ਇੰਟਰਸਟ ਤਾਂ ਨਹੀਂ ਦੇਖਿਆ ਪ੍ਰੋਫਿਟ ਐਂਡ ਲੋਸ ਤੋਂ ਆਏ ਪ੍ਰੋਫਿਟ ਟਾਈਮ ਐਂਡ ਵਰਕ ਜਾਂ ਟਾਈਮ ਐਂਡ ਟਾਈਮ ਐਂਡ ਵਰਕ ਤੋਂ ਨਹੀਂ ਟਾਈਮ ਐਂਡ ਡਿਸਟੈਂਸ ਤੋਂ ਆਏ ਜੀ ਦੋ ਤਿੰਨ ਸਵਾਲ ਹਾਂਜੀ ਟ੍ਰੇਨ ਟਰੂਨ ਵਾਲੇ ਬੱਸ ਵਾਲੇ ਟ੍ਰੇਨ ਵਾਲੇ ਵੀ ਆਏ ਸੀਗੇ ਤਿੰਨ ਚਾਰ ਸਵਾਲ ਆਏ ਜੀ ਠੀਕ ਹੈ ਜੀ ਜੇ ਆਪਾਂ ਪਾਰਟੀਕੁਲਰ ਗੱਲ ਕਰਦੇ ਹੁਣ ਇੰਗਲਿਸ਼ ਦੀ ਇੰਗਲਿਸ਼ ਦੇ ਵਿੱਚ ਕਿਹੋ ਜਿਹਾ ਸੀ ਲੈਵਲ ਇੰਗਲਿਸ਼ ਦਾ ਸਰ ਮੇਰੇ ਇੰਗਲਿਸ਼ ਦਾ ਮੈਂ ਕਹਿੰਦਾ ਜੀ ਮੈਨੂੰ ਥੋੜ੍ਹੀ ਜਿਹੀ ਟਾਈਮ ਦੀ ਸ਼ੋਰਟੇਜ ਰਹਿ ਗਈ ਕਿਉਂਕਿ ਮੇਰਾ ਪੀਸੀ ਥੋੜ੍ਹਾ ਸਲੋ ਚੱਲਦਾ ਸੀਗਾ ਜੀ ਮੈਂ ਸਰ ਨੂੰ ਕੰਪਲੇਂਟ ਵੀ ਕੀਤੀ ਵੀ ਮੇਰਾ ਨਾ ਤਾਂ ਜਲਦੀ ਜਿਹੀ ਕਲਿੱਕ ਹੁੰਦਾ ਅਤੇ ਨਾ ਪੇਜ ਨੈਕਸਟ ਹੁੰਦਾ ਜਿਸ ਕਰਕੇ ਮੈਨੂੰ 2-3 ਮਿੰਟ ਦੀ ਘੱਟ ਰਹਿ ਗਈ ਤਾਂ ਮੈਂ ਇੰਗਲਿਸ਼ 'ਤੇ ਥੋੜ੍ਹਾ ਜ਼ਿਆਦਾ ਧਿਆਨ ਨਹੀਂ ਦੇ ਸਕਿਆ ਅੱਛਾ ਪੰਜਾਬੀ ਕਿਹੋ ਜਿਹੀ ਲੱਗੀ ਪੰਜਾਬੀ ਸੌਖੀ ਸੀ ਸਰ ਪੰਜਾਬੀ ਸੌਖੀ ਸੀ ਪੰਜਾਬੀ ਤਾਂ ਚਲੋ ਸੌਖੀ ਵੀ ਹਨਾ ਸਾਰਿਆਂ ਨੂੰ ਸੌਖੀ ਲੱਗਦੀ ਜੇ ਆਪਾਂ ਗੱਲ ਕਰੀਏ ਪਾਰਟੀਕੁਲਰ ਕੰਪਿਊਟਰ ਦੀ ਕੰਪਿਊਟਰ 'ਚੋਂ ਕਿਹੋ ਜਿਹੇ ਸਵਾਲ ਸੀਗੇ ਕੰਪਿਊਟਰ 'ਚੋਂ ਸਵਾਲ ਮੈਨੂੰ ਪੜ੍ਹੇ ਜੀ ਮੈਂ ਪੜ੍ਹੇ ਜੋ ਵੀ ਸਵਾਲ ਮੈਨੂੰ ਸੌਖੇ ਲੱਗੇ ਜੀ ਠੀਕ ਕੋਈ ਬਹੁਤੇ ਔਖੇ ਨਹੀਂ ਲੱਗੇ ਤਾਂ ਜਦੋਂ ਬੱਚਾ ਪੜ੍ਹਦਾ ਕੋਈ ਚੀਜ਼ ਨੂੰ ਪੜ੍ਹ ਲੈਂਦਾ ਉਹ ਸੌਖੀ ਲੱਗਦੀ ਹੈ ਬਿਲਕੁਲ ਬਿਲਕੁਲ ਜਿਹੜੀ ਚੀਜ਼ ਤੁਸੀਂ ਪੜ੍ਹਦੇ ਹੋ ਸੌਖੀ ਲੱਗਦੀ ਕਿਹੋ ਜਿਹੇ ਸਵਾਲ ਸੀ ਕੰਪਿਊਟਰ ਦੇ ਕੰਪਿਊਟਰ ਦੇ ਜੀ ਜਿਵੇਂ ਕੋਈ ਸਟੇਟਮੈਂਟ ਦਿੱਤੀਆਂ ਹੋਈਆਂ ਸੀ 2-3 ਸਟੇਟਮੈਂਟਾਂ ਜਿਵੇਂ ਲੈਣ ਦੇ ਬਾਰੇ ਸਟੇਟਮੈਂਟ ਦਿੱਤੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ
ਠੀਕ ਹੈ ਜੀ ਹਾਂਜੀ ਤੇ ਪੰਜਾਬੀ ਦਾ ਜ਼ਿਆਦਾ ਸੌਖਾ ਸੀਗਾ ਜੀ ਪੰਜਾਬੀ ਜ਼ਿਆਦਾ ਸੌਖੀ ਹਾਂਜੀ ਜੀ ਆਪਾਂ ਪਾਰਟੀਕੁਲਰ ਗੱਲ ਕਰਦੇ ਹਾਂ ਜੀਐਸ ਦੀ ਜੀਐਸ ਕਿਹੋ ਜੀ ਸੀ ਜੀਐਸ ਸੀ ਠੀਕ ਸੀ ਨਾਰਮਲ ਹੀ ਸਵਾਲ ਸੀ ਜੀ 2021 ਵਾਈ ਐਵੇਂ ਇਸ ਰਿਲੇਟਡ ਹੀ ਠੀਕ ਹੈ ਜੀ ਹਾਂਜੀ ਕੋਈ ਪੋਲਿਟੀ ਹਿਸਟਰੀ ਜੀਓਗ੍ਰਾਫੀ ਕਿਹੜਾ ਤੁਹਾਨੂੰ ਲੱਗਿਆ ਵੀ ਇਹ ਪਾਰਟ ਜ਼ਿਆਦਾ ਪੁੱਛਿਆ ਜਾ ਰਿਹਾ ਪੋਲਿਟੀ ਜ਼ਿਆਦਾ ਪੁੱਛਿਆ ਗਿਆ ਪੋਲਿਟੀ ਜ਼ਿਆਦਾ ਪੁੱਛੀ ਜਾ ਰਹੀ ਆ ਜੇ ਆਪਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੋਈ ਹੋਰ ਕਰੰਟ ਅਫੇਅਰ ਦੀ ਕੋਈ ਗਵਰਨਮੈਂਟ ਸਕੀਮ ਪੁੱਛੀ ਗਈ ਹੋਵੇ ਤੁਹਾਨੂੰ ਯਾਦ ਹੋਵੇ ਗਵਰਨਮੈਂਟ ਸਕੀਮ ਵੀ ਹੁਣ ਇਦਾਂ ਮਾਈਂਡ 'ਚ ਨਹੀਂ ਆ ਰਿਹਾ ਕੋਈ ਕੁਐਸਚਨ ਨਾ ਨਾ ਭੁੱਲ ਗਿਆ ਵੈਸੇ ਹੈਗੇ ਸੀ ਕੁਐਸਚਨ ਦਾ ਵੀ ਬਹੁਤ ਹੀ ਹਾਂ ਪਿਛਲੀਆਂ ਸ਼ਿਫਟਾਂ ਦੇ ਜਿਹੜੀ ਪਿਛਲੀ ਸ਼ਿਫਟ ਹੋਈ ਆ ਉਹਦੇ ਵਿੱਚ ਨਾ ਗਵਰਨਮੈਂਟ ਸਕੀਮਸ ਨੂੰ ਲੈ ਕੇ ਕੁਐਸਚਨ ਸੀਗੇ ਹਾਂਜੀ ਤੇ ਆਪਾਂ ਪਾਰਟੀਕੁਲਰ ਗੱਲ ਕਰਦੇ ਹਾਂ ਕੁਆਂਟ ਦੀ ਕੁਆਂਟ ਕਿਹੋ ਜਿਹਾ ਸੀਗਾ ਕੁਆਂਟ ਠੀਕ ਸੀਗਾ ਜੀ ਲੈਵਲ ਮਨ ਕਿ ਹੋ ਰਹੇ ਸੀ ਸਵਾਲ ਹਾਂਜੀ ਹੋ ਰਹੇ ਸੀਗੇ ਮਤਲਬ ਵੀ ਇੰਗਲਿਸ਼ ਵੀ ਸੌਖੀ ਸੀ ਠੀਕ ਹੈ ਰੀਜ਼ਨਿੰਗ ਕਿਹੋ ਜੀ ਸੀ ਰੀਜ਼ਨਿੰਗ ਠੀਕ ਸੀ ਮਤਲਬ ਵਿੱਚ ਵਿੱਚ ਟਫ ਸੀਗੇ ਠੀਕ ਹੈ ਵਿੱਚ ਜਮੀ ਨਾਰਮਲ ਸੀ ਗਈ ਟਾਈਮ ਲੱਗ ਰਿਹਾ ਸੀ ਟਾਈਮ ਲੱਗ ਰਿਹਾ ਸੀ ਹਾਂ ਕੰਜ਼ਿਊਮ ਹੈਗੇ ਸੀ ਵਿੱਚ ਦੋ ਚਾਰ ਕੁਐਸਚਨ ਪਿਛਲੀ ਸ਼ਿਫਟ 'ਚ ਵੀ ਇਦਾਂ ਹੀ ਸੀਗਾ ਜੇ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਕਿਹੋ ਜਿਹਾ ਰਿਹਾ ਤੁਹਾਨੂੰ ਤੁਹਾਡਾ ਆਪਣਾ ਕੰਪਿਊਟਰ ਦਾ ਐਕਸਪੀਰੀਅੰਸ ਸਿੰਪਲ ਹੀ ਸੀਗਾ ਜੀ ਸਿੰਪਲ ਲੱਗਿਆ ਤੁਹਾਨੂੰ ਹਾਂਜੀ ਮਤਲਬ ਕਿ 5 ਸਵਾਲ ਆਏ ਸੀਗੇ ਹਾਂਜੀ ਅਤੇ ਉਹ ਹੋ ਗਏ ਹੋਣਗੇ ਹੋ ਗਏ ਹਾਂਜੀ ਉਹ ਤਾਂ ਹੋ ਗਏ ਸੀ ਨਾਰਮਲ ਹੀ ਸੀਗੇ ਠੀਕ ਹੈ ਜੀ ਅਤੇ ਹੋਰ ਪੰਜਾਬੀ ਪੇਪਰ ਬੀ ਪੰਜਾਬੀ ਦਾ ਹੀ ਬਿਲਕੁਲ ਹੀ ਸੌਖਾ ਸੀਗਾ ਜੀ ਠੀਕ ਹੈ ਉਹ ਸੌਖਾ ਹੀ ਲੱਗਦਾ ਹਾਂਜੀ ਉਹ ਤਾਂ 50 ਕੁ ਕੁਐਸਚਨ ਸੀਗੇ ਸਾਰੇ ਆਉਂਦੇ ਤੇ ਲਗਭਗ ਹੀ ਠੀਕ ਹੈ ਜਮਾਂ ਨਾਰਮਲ ਹੈ ਜੀ ਠੀਕ ਹੈ ਹੁਣ ਕੁੱਲ ਮਿਲਾ ਕੇ ਤੁਸੀਂ ਕੀ ਕਹਿ ਸਕਦੇ ਪੇਪਰ ਮੋਡਰੇਟ ਸੀ ਈਜੀ ਸੀ ਜਾਂ ਹਾਰਡ ਲੈਵਲ ਸੀਗਾ ਮੀਡੀਅਮ ਹੀ ਸੀਗਾ ਜੀ ਪੰਜਾਬੀ ਜ਼ਿਆਦਾ ਈਜੀ ਸੀ ਅਤੇ ਬਾਕੀ ਉੱਧਰ ਹੈਗਾ ਸੀ ਥੋੜ੍ਹਾ ਜਿਹਾ ਲੈਵਲ ਠੀਕ ਹੈ ਠੀਕ ਹੈ ਚਲੋ ਸ਼ੁਕਰੀਆ ਤੁਹਾਡਾ ਠੀਕ ਹੈ ਥੈਂਕ ਯੂ ਹਾਂਜੀ ਵੀਰੇ ਪੇਪਰ ਦੇ ਕੇ ਆਏ ਹੋ ਕਿਹੋ ਜਿਹਾ ਸੀਗਾ ਪੇਪਰ ਸੌਖਾ ਜੀ ਪੇਪਰ ਦਾ ਕਾਫੀ ਠੀਕ ਹੈ ਜੀ ਅਤੇ ਤੁਹਾਨੂੰ ਕਿਹੋ ਜਿਹਾ ਲੱਗਿਆ ਮਨੇ ਕੁੱਲ ਮਿਲਾ ਕੇ ਵੀ ਜੀ ਐਸ ਕਿਹੋ ਜਿਹੀ ਸੀ ਠੀਕ ਸੀ ਵਧੀਆ ਵੀ ਹੈਗਾ ਨੇ ਵੀ ਹੋ ਜਾਂਗੇ ਪਾਸ ਪੂਸ ਜੀ ਵਧੀਆ ਠੀਕ ਹੈ ਜੀ ਐਸ ਦੇ ਵਿੱਚ ਹਿਸਟਰੀ ਜਾਂ ਕੋਈ ਪੋਲੀਟੀ 'ਚੋਂ ਕੋਈ ਸਵਾਲ ਯਾਦ ਹੋਵੇ ਤੁਹਾਨੂੰ ਜਾਂ ਵੀ ਕਿਹੜੇ ਟੋਪਿਕ 'ਚੋਂ ਜ਼ਿਆਦਾ ਸਵਾਲ ਪੁੱਛੇ ਗਏ ਸੀਗੇ ਉਹ ਆਪਣੇ ਪੁੱਛੇ ਗਏ ਸੀ ਪੋਲੀਟੀਕਲ 'ਚੋਂ ਜੀ ਨਾ ਪੋਲੀਟੀਕਲ ਕਹਿ ਗਏ ਸਾਰੀ ਰੀਜਨਿੰਗ 'ਚੋਂ ਰੀਜਨਿੰਗ 'ਚੋਂ ਰੀਜਨਿੰਗ ਕਿਹੋ ਜਿਹੀ ਸੀਗੀ ਔਖੀ ਸੀ ਥੋੜ੍ਹੀ ਵੀ ਟਫ ਜੀ ਦੀ ਵੀ ਠੀਕ ਸੀ ਅੱਛਾ ਕਿ ਕੋਈ ਟੋਪਿਕ ਸੀਟਿੰਗ ਅਰੇਂਜਮੈਂਟ ਜਾਂ ਬਲੱਡ ਰਿਲੇਸ਼ਨ ਕਿਹੜਾ ਜ਼ਿਆਦਾ ਪੁੱਛਿਆ ਗਿਆ ਬਲੱਡ ਰਿਲੇਸ਼ਨ ਸੀ ਠੀਕ ਹੈ ਅਤੇ ਆਪਾਂ ਗੱਲ ਕਰੀਏ ਕੁਆਂਟ ਦੀ ਕੁਆਂਟ ਕਿਹੋ ਜਿਹਾ ਸੀਗਾ ਕੁਆਂਟ ਵੀ ਠੀਕ ਸੀ ਸਾਰਿਆਂ ਨਾਲ ਸੌਖੀ ਤਾਂ ਪੰਜਾਬੀ ਆਈ ਸੀ ਅੱਛਾ ਸਾਰਿਆਂ ਨਾਲ ਸੌਖੀ ਤਾਂ ਪੰਜਾਬੀ ਨੂੰ ਤਾਂ ਪੰਜਾਬੀ ਲੱਗਦੀ ਹੈਗੀ ਜੇ ਆਪਾਂ ਗੱਲ ਕਰੀਏ ਕੰਪਿਊਟਰ ਕਿਹੋ ਜਿਹਾ ਸੀਗਾ ਕੰਪਿਊਟਰ ਸੌਖਾ ਸੀ ਉਹ ਤਾਂ ਕੰਪਿਊਟਰ ਸੌਖਾ ਸੀਗਾ ਮਤਲਬ ਕਿ ਕੋਈ ਉਲਝਾਉਣ ਵਾਲੀ ਗੱਲ ਨਹੀਂ ਹੈਗੀ ਸੀਗੀ ਜੇ ਆਪਾਂ ਗੱਲ ਕਰਦੇ ਹਾਂ ਜੀਐਸ ਦੇ ਵਿੱਚ ਕਰੰਟ ਅਫੇਅਰ ਕਿਹੜਾ ਪੁੱਛਿਆ ਗਿਆ ਸੀਗਾ ਵਿੱਚ ਸਟੂਡੈਂਟ ਕਹਿ ਰਹੇ ਨੇ ਪੁਰਾਣਾ ਆ ਰਿਹਾ ਕੋਈ ਕਹਿ ਰਿਹਾ ਨਵਾਂ ਵੀ ਪੁੱਛਿਆ ਗਿਆ ਸੀ ਪੁਰਾਣਾ ਤਾਂ ਮੈਨੂੰ ਪਤਾ ਨਹੀਂ ਜੇ ਨਵੇਂ ਵਾਲੇ ਹੁਣ ਮੈਂ ਪਹਿਲੀ ਵਾਰ ਰੈਫਰ ਦਿੱਤਾ ਜੀ ਅੱਛਾ ਅੱਛਾ ਵੀ ਨਵਾਂ ਕਰੰਟ ਪੁੱਛਿਆ ਗਿਆ ਕੋਈ 2023 ਦਾ ਜਾਂ ਕੋਈ ਗਵਰਨਮੈਂਟ ਸਕੀਮ 'ਤੇ ਕੁਐਸਚਨ ਹੋਵੇ ਚਾਹੀਦਾ ਨਹੀਂ 21 ਦੇ ਦੇ ਇਹੋ ਕੁਛ 21 ਦੇ ਹੈਗੇ ਸੀਗੇ ਜੀ ਕੁਐਸਚਨ ਕਰੰਟ ਅਫੇਅਰ ਦੇ ਜੇ ਆਪਾਂ ਗੱਲ ਕਰਦੇ ਹਾਂ ਕੋਈ ਪੰਜਾਬ ਜੀਕੇ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਬਾਰੇ ਕਹਿ ਰਹੇ ਨੇ ਸਟੂਡੈਂਟ ਕੁਐਸਚਨ ਆਇਆ ਸੀਗਾ ਸਿੱਖ ਗੁਰੂਆਂ ਨੂੰ ਲੈ ਕੇ ਕੋਈ ਸਵਾਲ ਹੋਵੇ ਜਾਂ ਕੋਈ ਐਂਗਲੋ ਸਿੱਖ ਵਾਰ ਨੂੰ ਲੈ ਕੇ ਸਵਾਲ ਹੋਵੇ ਪੰਜਾਬ ਜੀਕੇ ਦੇ ਵਿੱਚੋਂ ਸਿੱਖ ਗੁਰੂ ਨੂੰ ਲੈ ਕੇ ਤਾਂ ਨਹੀਂ ਜੀ ਰਣਜੀਤ ਸਿੰਘ ਨੂੰ ਆਏ ਸੀ ਠੀਕ ਹੈ ਜੀ ਅਤੇ ਕੁੱਲ ਮਿਲਾ ਕੇ ਤੁਹਾਡਾ ਪੇਪਰ ਠੀਕ ਲੱਗਿਆ ਹਾਂ ਵਧੀਆ ਹੋ ਗਿਆ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਹਾਂਜੀ ਸੈਕੰਡ ਸ਼ਿਫਟ ਖਤਮ ਹੋ ਕੇ ਹਟੀ ਆ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਦੀ ਅਤੇ ਤੁਸੀਂ ਨੇ ਸਟੂਡੈਂਟਸ ਦੇ ਰਿਵਿਊ ਸੁਣ ਲਏ ਵੀ ਪੇਪਰ ਕਿਹੋ ਜਿਹਾ ਸੀਗਾ ਇਸ ਜਿਹੜੀ ਸ਼ਿਫਟ ਆ ਇਹਦੇ ਵਿੱਚ ਵੀ ਜਿਹੜੇ ਕਰੰਟ ਅਫੇਅਰਸ ਨੇ 2021 ਵਾਲੇ ਵੀ ਪੁੱਛੇ ਗਏ ਨੇ ਅਤੇ 2023 ਦਾ ਵੀ ਕਰੰਟ ਅਫੇਅਰ ਕਹਿ ਰਹੇ ਨੇ ਸਟੂਡੈਂਟਸ ਸਪੋਰਟਸ ਨੂੰ ਲੈ ਕੇ ਜ਼ਿਆਦਾਤਰ ਕੁਐਸਚਨ 1-2 ਬਣਦੇ ਹੀ ਨੇ ਹਰੇਕ ਸ਼ਿਫਟ ਦੇ ਵਿੱਚ ਇਹਦੇ ਵਿੱਚ ਵੀ ਬਣਿਆ ਗਾਬਾ ਟੈਸਟ ਨੂੰ ਲੈ ਕੇ ਕਹਿ ਰਹੇ ਸੀਗੇ ਸਟੂਡੈਂਟਸ ਕੁਐਸਚਨ ਬਣਿਆ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਕੁਐਸਚਨ ਸੀਗਾ ਪੰਜਾਬ ਜੀਕੇ ਦਾ ਜੇ ਆਪਾਂ ਗੱਲ ਕਰੀਏ ਤਾਂ ਪਿਛਲੀ ਸ਼ਿਫਟ ਦੇ ਵਿੱਚ ਕਹਿ ਰਹੇ ਸੀ ਬਿਲਕੁਲ ਨਿਗਲੈਕਟ ਸੀ ਹੋ ਸਕਦਾ ਸਟੂਡੈਂਟਾਂ ਨੂੰ ਨਾ ਯਾਦ ਹੋਣ ਕਿਉਂਕਿ ਜਦੋਂ ਆਪਾਂ ਪੇਪਰ ਦੇਣ ਤੋਂ ਬਾਅਦ ਬਾਹਰ ਨਿਕਲਦੇ ਹਾਂ ਤਾਂ ਸਾਰਾ ਕੁਝ ਹੌਚ ਪੌਚ ਹੋ ਜਾਂਦਾ ਕਈ ਵਾਰੀ ਨਹੀਂ ਦੱਸ ਸਕਦੇ ਐਜ਼ ਇਟ ਇਜ਼ ਅਤੇ ਪਰ ਇਸ ਸ਼ਿਫਟ ਦੇ ਵਿੱਚ ਪੰਜਾਬ ਜੀਕੇ ਦੇ ਕੁਐਸਚਨ ਵੇਖਣ ਨੂੰ ਮਿਲੇ ਪੋਲੀਟੀ ਦੇ ਕੁਐਸਚਨ ਦੇਖਣ ਨੂੰ ਮਿਲੇ ਜਿੱਦਾਂ ਸਟੂਡੈਂਟ ਨੇ ਤੁਹਾਨੂੰ ਦੱਸਿਆ ਗਾ ਕੁਆਂਟ ਸੌਖਾ ਸੀਗਾ ਕਹਿ ਰਹੇ ਨੇ ਗੇ ਰੀਜਨਿੰਗ ਵੀ ਜਿੰਨਾ ਉਹੀ ਗੱਲ ਆ ਵੀ ਜਿਹਨੇ ਜਿੰਨਾ ਜ਼ਿਆਦਾ ਪੜ੍ਹਿਆ ਹੁੰਦਾ ਗਾ ਕਿਸੇ ਨੂੰ ਕੁਆਂਟ ਸੌਖਾ ਲੱਗਦਾ ਕਿਸੇ ਨੂੰ ਜੀਐਸ ਸੌਖੀ ਲੱਗਦੀ ਆ ਕਿਸੇ ਨੂੰ ਕੁਆਂਟ ਔਖਾ ਲੱਗਦਾ ਹੈ ਨਾ ਇੱਦਾਂ ਹੀ ਜਿਹੜੇ ਸਟੂਡੈਂਟਸ ਦਾ ਕੁਆਂਟ ਠੀਕ ਸੀਗਾ ਉਹ ਕਹਿੰਦੇ ਕੁਆਂਟ ਜਿਹੜਾ ਉਹ ਬਹੁਤ ਸੌਖਾ ਆ ਰੀਜਨਿੰਗ ਦੇ ਵਿੱਚ ਵੀ ਸਵਾਲ ਸੀ ਜਿਹੜੇ ਉਹ ਸੌਖੇ ਹੋ ਰਹੇ ਸੀਗੇ ਅਤੇ ਵਿੱਚ ਵਿੱਚ ਟਾਈਮ ਕੰਜ਼ਿਊਮਿੰਗ ਵਾਲੇ ਵੀ ਜਿਹੜੇ ਸੀਗੇ ਸਵਾਲ ਪੁੱਛੇ ਗਏ ਟ੍ਰੇਨ ਵਾਲੇ ਕੁਐਸਚਨ ਸੀਗੇ ਟਾਈਮ ਡਿਸਟੈਂਸ ਦੇ ਕੁਐਸਚਨ ਸੀਗੇ ਹੈ ਨਾ ਸਿੰਪਲੀਕੇਸ਼ਨ ਦੇ 2-4 ਕੁਐਸਚਨ ਵੇਖਣ ਨੂੰ ਮਿਲੇ ਅਤੇ ਇੰਗਲਿਸ਼ ਸੀ ਉਹ ਠੀਕ ਕਹਿ ਰਹੇ ਨੇ ਕਿ ਸਟੂਡੈਂਟ ਵੀ ਮੋਡਰੇਟ ਲੈਵਲ ਆਇਆ ਉਹਦਾ ਇੰਗਲਿਸ਼ ਦਾ ਪੰਜਾਬੀ ਬਿਲਕੁਲ ਸੌਖੀ ਕਹਿ ਰਹੇ ਨੇ ਜਿਹੜਾ ਪੰਜਾਬੀ ਦਾ ਪੇਪਰ ਬੀ ਆ ਉਹ ਵੀ ਬਿਲਕੁਲ ਸੌਖਾ ਹੈਗਾ ਅਤੇ ਜੇ ਆਪਾਂ ਗੱਲ ਕਰੀਏ ਕੰਪਿਊਟਰ ਦੀ ਕੰਪਿਊਟਰ ਵੀ ਠੀਕ ਠੀਕ ਕੁਐਸਚਨ ਆਏ ਨੇਗੇ ਕੋਈ ਜ਼ਿਆਦਾ ਔਖੇ ਕੁਐਸਚਨ ਨਹੀਂ ਪੁੱਛੇ ਗਏ 1-2 ਸਵਾਲ ਸੀਗੇ ਜਿਹੜੇ ਉਹ ਸਟੇਟਮੈਂਟ ਵਾਲੇ ਪੁੱਛੇ ਗਏ ਨੇ ਸ਼ੋਰਟਕੱਟ ਕੀਜ਼ ਪੁੱਛੀਆਂ ਗਈਆਂ
इस तरह जो आप पूरे पेपर का रिव्यू करना हो स्टूडेंट्स के दसण के मुताबिक तो जो पेपर का लैवल से वो मॉडरेट से ईजी टू मॉडरेट कह सकते हैं। आप जिदा स्टूडेंट दस रहा भी 75 की मैरिट जाऊगी पर आप बारे कुछ नहीं कह सकते। हाँ जी इस तरह दिया होर वीडियो देखने साडा चैनल यूट्यूब चैनल तुसी सबसक्राइब कर सकते हो। ये कंप्यूटर का बहुत सारा मटीरियल आ जिहड़ा वो फ्री दे विच अवेलेबल आ ते तुसी जेकर साडे नोट्स दियाँ PDF लैनिया ने जां तुसी इस तरह दियाँ वीडियोज़ देखने वास्ते होर स्टूडेंट स्टडी मटीरियल चाहिदा तो तुसी साडा टैलीग्राम का चैनल बाइनरी स्ट्रक्चर भी ज्वाइन कर सकते हो। हाँ जी मिलते हैं किसी होर वीडियो दे विच। चैनल नूं सबसक्राइब ते लाइक जरूर करो। शुक्रिया जी।